ਪਿਛਲੀ ਵਾਰ ਕੰਗਨਾ ਰਣਾਵਤ ਦੇ ਤੁਸੀਂ ਬਿਆਨ ਸੁਣਿਆ ਹੋਣਾ, ਉਦੋਂ ਤਾਂ ਕਹਿੰਦੀਆਂ ਸੀ ਬੀਬੀਆਂ ਨਾਮ ਕਿਹਦਾ ਲੈਤਾ ਤੁਸੀਂ ਜਿਹਨੂੰ ਅਸੀਂ ਬਿਲਕੁਲ ਪਸੰਦ ਨੀ ਕਰਦੀਆਂ? ਉਹ ਤਾਂ ਕਹਿੰਦੇ ਸੀ ਕਿ ਬੀਬੀਆਂ ਜਿਹੜੀਆਂ 200 ਰੁਪਏ ਬਲਾਕ ਦੇ ਕੇ ਆਉਂਦੀਆਂ, ਅਸੀਂ ਉਹਨੂੰ 1 ਲੱਖ ਰੁਪਏ ਦੇਣ ਨੂੰ ਤਿਆਰ ਹਾਂ, ਹੱਕ ਤਾਂ ਸਹੀ ਸਾਹਮਣੇ ਤਾਂ ਜਿਵੇਂ ਸਾਡੇ ਕੋਰੀ ਉਹ ਵੀ ਬੀਜੇਪੀ ਦੀ ਚੇਲੀ ਹੋਈ ਆ, ਤਾਂ ਬੋਲਦੀ ਆ ਉਹ ਸਾਨੂੰ ਵੀ। ਸ਼ੰਭੂ ਬਾਰਡਰ ਦੇ ਉੱਤੇ ਅੱਜ ਸ਼ਾਂਤੀਪੂਰਨ ਮਾਹੌਲ ਹੈ, ਦੋ ਦਿਨ ਲਗਾਤਾਰ ਤਣਾਅਪੂਰਨ ਬਣਿਆ ਹੋਇਆ ਸੀ। ਲੰਗਰ ਜਿਹੜਾ ਸਰੋਂ ਦਾ ਸਾਗ ਤੇ ਰੋਟੀ ਜਿਹੜੀ ਹੈ ਉਹ ਚੱਲ ਰਹੀ ਹੈ, ਲੰਗਰ ਜਿਹੜਾ ਪੂਰੀ ਤਰੀਕੇ ਨਾਲ ਚੱਲ ਰਿਹਾ, ਔਰ ਬੀਬੀਆਂ ਬਜ਼ੁਰਗਾਂ ਜਿਹੜੇ ਨੇ ਕਿਵੇਂ ਡਟੇ ਹੋਏ ਇੱਥੇ? ਹਾਂਜੀ ਹਾਂਜੀ, ਪੂਰਾ ਡਟੇ ਪਿਆ ਜੀ। ਘਰੇ ਕੀ ਦੱਸ ਕੇ? ਉਸੇ ਮੋਦੀ ਸਰਕਾਰ ਦੀ ਗਲਤੀ ਆ, ਸਾਨੂੰ ਕਿਹੜਾ ਸ਼ੌਂਕ ਆ ਵੀ ਬੈਠੇ ਬੈਠਣ ਦਾ? ਪਹਿਲੇ ਦਿਨ ਆ ਗਏ ਸੀ ਜਾਂ ਤੁਸੀਂ ਕਦੋਂ ਆਏ? ਅਸੀਂ 3 ਦਿਨ ਹੋ ਗਏ ਆ ਰਹੇ ਹਾਂ ਲਗਾਤਾਰ। ਹਾਂਜੀ ਹਾਂ, 3 ਦਿਨ ਹੋ ਗਏ ਲਗਾਤਾਰ, ਸਾਡੀ 20-50 ਬੀਬੀਆਂ ਪਿੱਛੇ ਹੀ ਬੈਠੀਆਂ। ਕਿਹੜੀ ਜਗ੍ਹਾ ਤੋਂ ਆਏ? ਅਸੀਂ ਦੌੜ ਕਲਾਂ। ਲੱਗਦਾ ਕਿ ਅੱਜ ਹੱਲ ਹੋ ਜਾਏਗਾ ਅੱਜ ਮੀਟਿੰਗ? ਹਾਂਜੀ, ਅੱਜ ਕਿੰਨੀ ਕੁ ਉਮੀਦ ਹੈ ਮੀਟਿੰਗ ਮੀਟਿੰਗ ਤੋਂ ਅੱਜ ਕਿਸ ਤਰੀਕੇ ਨਾਲ ਦੇਖ? ਦੇਖੋ ਜੇ ਮੰਨ ਗਿਆ ਪ੍ਰਸ਼ਾਸਨ, ਜੇ ਸਰਕਾਰ ਮੰਨ ਗਈ ਮੰਗਾਂ ਮੰਨ ਗਈ ਤਾਂ ਮੁੜ ਜਾਵਾਂਗੇ ਪਿੱਛੇ, ਜੇ ਨਾ ਮੰਨੀ ਤਾਂ ਫਿਰ ਅੱਗੇ ਚੱਲਾਂਗੇ, ਤੁਹਾਨੂੰ ਵੀ ਨਾਲੇ ਲਗਾਵਾਂਗੇ। ਦੂਸਰਾ ਵੀ ਇਹ ਕਿ ਕਿਉਂਕਿ ਤੁਸੀਂ ਇੱਥੇ ਡਟੇ ਹੋਏ ਹੋ, ਬਜ਼ੁਰਗਾਂ ਨੂੰ ਕੀ ਦਿੱਕਤ ਆਉਂਦੀ, ਮਹਿਲਾਵਾਂ ਨੂੰ ਕੀ ਦਿੱਕਤ ਆਉਂਦੀ ਹੈ, ਜੇਕਰ ਕੋਈ ਸੁਣ ਰਿਹਾ ਉਹ ਮਦਦ ਕਰ ਸਕੇ ਤੇ? ਨਹੀਂ ਵੈਸੇ ਬਜ਼ੁਰਗਾਂ ਨੂੰ ਥੋੜਾ ਔਖਾ, ਸਾਨੂੰ ਕੋਈ ਪ੍ਰੋਬਲਮ ਨੀ, ਅਸੀਂ ਤਾਂ ਜਾ ਸਕਦੇ ਹਾਂ, ਅੱਗੇ ਵੀ ਜਾਵਾਂਗੇ, ਤੇ ਥੋੜਾ ਬਜ਼ੁਰਗਾਂ ਦੀ ਪ੍ਰੋਬਲਮ ਆ, ਤੁਰ ਨਹੀਂ ਸਕਦੀਆਂ। ਪਿਛਲੀ ਵਾਰ ਕੰਗਨਾ ਰਣਾਵਤ ਦੇ ਤੁਸੀਂ ਬਿਆਨ ਸੁਣਿਆ ਹੋਣਾ, ਉਦੋਂ ਤਾਂ ਕਹਿੰਦੀਆਂ ਸੀ ਬੀਬੀਆਂ ਨਾਮ ਕਿਹਦਾ ਲੈਤਾ ਤੁਸੀਂ ਜਿਹਨੂੰ ਅਸੀਂ ਬਿਲਕੁਲ ਪਸੰਦ ਨੀ ਕਰਦੀਆਂ? ਉਹ ਤਾਂ ਕਹਿੰਦੇ ਸੀ ਕਿ ਬੀਬੀਆਂ ਜਿਹੜੀਆਂ 200 ਰੁਪਏ ਬਲਾਕ ਦੇ ਕੇ ਆਉਂਦੀਆਂ, ਅਸੀਂ ਉਹਨੂੰ 1 ਲੱਖ ਰੁਪਏ ਦੇਣ ਨੂੰ ਤਿਆਰ ਹਾਂ, ਹੱਕ ਤਾਂ ਸਹੀ ਸਾਹਮਣੇ ਤਾਂ ਜਿਵੇਂ ਸਾਡੇ ਕੋਰੀ ਉਹ ਵੀ ਬੀਜੇਪੀ ਦੀ ਚੇਲੀ ਹੋਈ ਆ, ਤਾਂ ਬੋਲਦੀ ਆ ਉਹ ਸਾਨੂੰ ਵੀ। ਘਰੇ ਦੱਸ ਕੇ ਆਏ, ਬਜ਼ੁਰਗ ਨਾਲ ਆਏ, ਫੈਮਿਲੀ ਨਾਲ ਆਏ, ਬੱਚੇ ਨਾਲ ਆਏ? ਬੱਚੇ ਨੀ ਨਾਲ ਆਏ ਜੀ, ਬੱਚੇ ਬਾਹਰ ਨੇ, ਆਪਣੇ ਬੇਟੇ ਕੈਨੇਡਾ ਮੇਰਾ, ਤੇ ਬਾਕੀ ਕੈਨੇਡਾ ਤੋਂ ਫਿਕਰ ਕਰਦੇ ਹੋਣੇ? ਹਾਂਜੀ, ਰੋਕ ਤਾਂ ਜ਼ਰੂਰ ਰਹੇ ਨੇ, ਮੰਮਾ ਜਾਓ ਨਾ, ਪਰ ਦੇਖ ਕੇ ਨਹੀਂ ਰਿਹਾ ਜਾਂਦਾ। ਪਰ ਇੱਥੇ ਕਹਿੰਦੇ ਨਾ ਪੰਜਾਬੀ ਹਮੇਸ਼ਾ ਜਿਹੜਾ ਵਾ ਜਿੱਥੇ ਵੀ ਜਾਂਦੇ ਨੇ ਚੜ੍ਹਦੀ ਕਲਾ 'ਚ ਰਹਿੰਦੇ, ਦੇਖੋ ਕਿਵੇਂ ਗੁਰੂ ਦਾ ਲੰਗਰ ਜਿਹੜਾ ਉਹ ਚੱਲ ਰਿਹਾ। ਹਾਂ, ਕੱਲ੍ਹ ਅਸੀਂ ਵੀ ਲੰਗਰ ਲੈ ਕੇ ਆਏ ਸੀ ਅਤੇ ਅੱਜ ਵੀ ਲੈ ਕੇ ਆਏ ਸੀ। ਬੀਬੀ ਜੀ ਕਿਵੇਂ ਦੇਖਦੇ ਹੋ, ਡਟੇ ਹੋਏ ਹੋ ਪਹਿਲੇ ਦਿਨ ਤੇ, ਔਰ ਕਿਤੇ ਲੱਗਦਾ ਨਹੀਂ ਕੋਈ ਟੈਨਸ਼ਨ ਜਾਂ ਉਦਾਸੀ ਜਿਹੜੀ? ਸਾਨੂੰ ਤਾਂ ਜੀ ਚੜ੍ਹਦੀ ਕਲਾ 'ਚ, ਅਸੀਂ ਤਾਂ ਬਿਲਕੁਲ ਚੜ੍ਹਦੀ ਕਲਾ 'ਚ, ਚੜ੍ਹਦੀ ਕਲਾ 'ਚ ਹੀ ਰਹਾਂਗੇ। ਹਾਂਜੀ, ਔਰ ਲੰਗਰ ਜਿਹੜਾ ਛਕਿਆ ਜਾ ਛਕੇ, ਲੰਗਰ ਦਾ ਆਨੰਦ ਹੀ ਬਹੁਤ ਹੈ, 5-star ਹੋਟਲ ਦਾ ਨਹੀਂ ਆਨੰਦ ਜੀ ਜੋ ਛਕਣ ਦਾ ਆਨੰਦ। ਕਿੰਦੇ ਨਾਲ ਆਏ, ਇਕੱਲੇ ਆਏ ਜਾਂ ਪਰਿਵਾਰ ਨਾਲ? ਬੀਬੀਆਂ ਆਈਆਂ ਨੇ ਸਾਡੇ, ਸਾਰੀਆਂ ਬੀਬੀਆਂ ਭਰਾ ਪਰਿਵਾਰ ਹੀ ਹੈ ਜੀ ਸਾਡਾ। ਕਿੰਨੀਆਂ ਬੀਬੀਆਂ ਆਈਆਂ ਨੇ? ਬੀਬੀਆਂ ਅਸੀਂ ਡੇਲੀ ਆਉਂਦੇ ਹਾਂ ਜੀ, ਕਿਤੇ 6-7 ਡੇਲੀ ਤਾਂ ਹੈਗੀਆਂ, ਬਾਕੀ ਪਿੱਛੇ ਬਜ਼ੁਰਗ ਬੇਬੇ ਬੈਠੇ। ਜਿਹੜੀ ਪਿਛਲੀ ਵਾਰੀ ਬਾਲੀਵੁੱਡ ਵਾਲੀ ਕੰਗਣਾ ਜੋ ਕਹਿੰਦੀ ਸੀਗੀ, ਕਿਵੇਂ ਉਹ ਤਾਂ ਕਹਿੰਦੀ 100-100 ਰੁਪਏ ਦੇ ਕੇ ਬੀਬੀਆਂ? 100-80 ਲੱਖ ਰੁਪਏ ਦੇ ਆ ਕੇ ਬੈਠੇ ਤਾਂ ਸਹੀ, ਸਾਡੇ ਭੈਣ ਭਰਾ ਸਕੇ ਨੀ ਜਿੰਨੇ, ਇਹ ਸਾਡਾ ਨੇ ਕੋਈ ਕਿਸੇ ਦੀ ਮਾੜੀ ਅੱਖ ਨੀ, ਸਾਡੇ ਛੋਟੇ ਪੁੱਤ, ਸਾਡੇ ਵੱਡੇ ਭਰਾ, ਸਾਡੇ ਬਾਪੂ ਜੀ ਬਜ਼ੁਰਗ ਨੇ, ਕੰਗਣਾ ਨੂੰ ਕੀ ਅਕਲ ਆ, ਅਸੀਂ ਕਿਹੜੀ ਕੌਮ ਦੇ ਵਾਰਿਸ ਆ? ਬਜ਼ੁਰਗੋ ਕਿਵੇਂ ਦੇਖਦੇ ਹੋ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਪੰਜਾਬੀ ਜਿਹੜੇ ਉਹ ਰਹਿੰਦੇ ਨੇ? ਚੜ੍ਹਦੀ ਕਲਾ ਪਹਿਲੇ ਦਿਨ ਜਦੋਂ ਹੰਝੂ ਗੈਸ ਦੇ ਗੋਲੇ ਚੱਲੇ ਸੀ, ਤੁਹਾਡੇ ਵੀ ਲੱਗੇ ਸੀ ਜਾਂ ਤੁਸੀਂ ਪਿੱਛੇ ਸੀ? ਨਹੀਂ, ਅਸੀਂ ਉਸ ਦਿਨ ਨਹੀਂ ਸੀ ਆਏ। ਹਾਂ, ਉਸ ਦਿਨ। ਹਾਂਜੀ, ਤਾਂ ਇਹ ਬਜ਼ੁਰਗ ਮਹਿਲਾਵਾਂ ਜਿਹੜੇ ਨੇ ਤਮਾਮ ਸਾਰੀਆਂ ਕੇ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਹੈ? ਥੱਕ ਗਏ ਬਜ਼ੁਰਗ, ਥੱਕ ਗਏ। ਤਾਂ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਦੀਆਂ, ਕਿਸ ਤਰੀਕੇ ਦੇ ਨਾਲ ਵੱਡੀ ਤਾਦਾਦ ਦੇ ਵਿੱਚ ਮਹਿਲਾਵਾਂ ਵੀ ਜਿਹੜੀਆਂ ਨੇ ਇੱਥੇ ਆਈਆਂ ਹੋਈਆਂ ਨੇ, ਔਰ ਅੱਜ ਸ਼ਾਮ ਦੀ ਮੀਟਿੰਗ ਤੋਂ ਬਹੁਤ ਸਾਰੀਆਂ ਉਮੀਦਾਂ ਜਿਹੜੀਆਂ ਨੇ ਉਹ ਜਤਾਈਆਂ ਜਾ ਰਹੀਆਂ ਨੇ ਕਿ ਕੇਂਦਰ ਦੇ ਨਾਲ ਗੱਲ ਬਣ ਸਕਦੀ ਹੈ।